ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗ੍ਰਹਿਾਂ ਦੇ ਵਿਸ਼ੇਸ਼ ਯੋਗਾਂ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਤਾਂ ਯੁਤੀ ਦੀ ਗੱਲ ਕਰਦੇ ਹਾਂ। ਦੋ ਗ੍ਰਹਿ ਇੱਕੋ ਹੀ ਰਾਸ਼ੀ ਦੇ ਵਿੱਚ ਜਦੋਂ ਇੱਕੋ ਜਿਹੀਆਂ ਡਿਗਰੀ ਦੇ ਵਿੱਚ ਆਉਣ ਤਾਂ ਉਹਨੂੰ ਕਹਿੰਦੇ ਆ ਗ੍ਰਹਿਾਂ ਦੀ ਯੁਤੀ। ਅਸ਼ੁਭ ਗ੍ਰਹਿਾਂ ਦੀ ਯੁਤੀ ਮਾੜਾ ਫਲ ਦਿੰਦੀ ਹੈ, ਸ਼ੁਭ ਗ੍ਰਹਿਾਂ ਦੀ ਯੁਤੀ ਚੰਗਾ ਫਲ ਦਿੰਦੀ ਹੈ। ਅਸ਼ੁਭ ਅਤੇ ਸ਼ੁਭ ਗ੍ਰਹਿਾਂ ਦੀ ਯੁਤੀ ਵੀ ਜਿਹੜੀ ਹੈਗੀ ਹੈ ਉਹ ਵੀ ਮਾੜਾ ਫਲ ਹੀ ਦਿੰਦੀ ਹੈ। ਫਿਰ ਆ ਲਾਭ ਯੋਗ, ਇਹ ਤੋਂ ਹੁੰਦਾ ਹੈ ਜਦੋਂ ਇੱਕ ਗ੍ਰਹਿ ਦੂਜੇ ਤੋਂ 60 ਡਿਗਰੀ 'ਤੇ ਹੋਵੇ ਅਤੇ ਤੀਜੇ ਸਥਾਨ ਦੇ ਵਿੱਚ ਹੋਵੇ ਅਤੇ ਲਾਭ ਯੋਗ ਹੁੰਦਾ ਹੈ, ਇਹ ਸ਼ੁਭ ਮੰਨਿਆ ਜਾਂਦਾ ਹੈ। ਫਿਰ ਇਹ ਕੇਂਦਰ ਯੋਗ, ਦੋ ਗ੍ਰਹਿ ਇੱਕ ਦੂਜੇ ਤੋਂ 90 ਡਿਗਰੀ ਦੇ ਫਾਸਲੇ 'ਤੇ ਹੋਣ ਜਾਂ ਫਿਰ ਚੌਥੇ ਜਾਂ 10ਵੇਂ ਸਥਾਨ 'ਤੇ ਹੋਣ ਤਾਂ ਕੇਂਦਰ ਯੋਗ ਹੁੰਦਾ ਹੈ, ਇਹ ਯੋਗ ਵੀ ਸ਼ੁਭ ਹੁੰਦਾ ਹੈ। ਫਿਰ ਹੈ ਸ਼ਡਾਸ਼ਟਕ ਯੋਗ, ਦੋ ਗ੍ਰਹਿ ਜਦੋਂ 150 ਦੀ ਡਿਗਰੀ ਦੇ ਅੰਤਰ 'ਤੇ ਹੋਣ ਜਾਂ ਇੱਕ ਦੂਜੇ ਤੋਂ 6ਵੇਂ ਜਾਂ 8ਵੇਂ ਸਥਾਨ ਦੇ ਵਿੱਚ ਹੋਣ ਤਾਂ ਸ਼ਡਾਸ਼ਟਕ ਯਾਨੀ ਕਿ 6ਵਾਂ 8ਵਾਂ ਇਹ ਯੋਗ ਹੁੰਦਾ। ਇਹ ਯੋਗ ਥੋੜ੍ਹਾ ਜਿਹਾ ਕਸ਼ਟਕਾਰੀ ਹੁੰਦਾ। ਸੋ ਜਦੋਂ ਵੀ ਇੱਦਾਂ ਦੇ ਯੋਗ ਆਉਣ ਤਾਂ ਪ੍ਰੋਪਰਲੀ ਆਪਾਂ ਨੂੰ ਹੋਰੋਸਕੋਪ ਚੈੱਕ ਕਰਾ ਕੇ ਪੁੱਛ ਲੈਣਾ ਚਾਹੀਦਾ ਕਿ ਉਹਦਾ ਕੀ ਹੱਲ ਹੈਗਾ। ਚਲੋ ਨੈਕਸਟ ਟੋਪਿਕ ਜੀ ਅੱਜ ਦਾ, 15 ਦੇ ਵਿੱਚ ਕਈ ਲੋਕ ਕਹਿੰਦੇ ਆ ਜਨਮ ਜਦੋਂ ਹੁੰਦਾ ਤਾਂ ਉਹਦਾ ਕੋਈ ਦੋਸ਼ ਹੁੰਦਾ, 15 ਕਸ਼ੈ ਤਿਥੀ, ਫਿਰ ਵਿਆਤੀਪਾਤ, ਪਰਿਖ, ਵਜਰ, ਇਹਨਾਂ ਯੋਗਾਂ ਦੇ ਵਿੱਚ ਜਦੋਂ ਇਨਸਾਨ ਦਾ ਜਨਮ ਹੁੰਦਾ ਅਤੇ ਜਾਂ ਯਮ ਘੰਟ ਦੇ ਵਿੱਚ ਹੁੰਦਾ ਤਾਂ ਉਹਨੂੰ ਅਸ਼ੁਭ ਮੰਨਿਆ ਗਿਆ। ਉਪਾਅ ਦੇ ਤੌਰ 'ਤੇ ਕੀ ਕਰ ਸਕਦੇ ਹੋ ਕਿ ਇਹ ਮਾੜਾ ਯੋਗ ਜਿਸ ਦਿਨ ਹੈਗਾ ਉਹੀ ਯੋਗ ਜਦੋਂ ਦੁਬਾਰਾ ਆਉਂਦਾ ਤਾਂ ਇਹਦੀ ਸ਼ਾਂਤੀ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਯੋਗ ਦੇ ਦਿਨ ਜਿਹੜਾ ਹੈ ਵਿਸ਼ਨੂੰ ਜੀ ਸ਼ੰਕਰ ਜੀ ਦੀ ਪੂਜਾ ਕਰ ਸਕਦੇ ਹਾਂ, ਅਭਿਸ਼ੇਕ ਕਰ ਸਕਦੇ ਹਾਂ, ਰੁਦਰਾਭਿਸ਼ੇਕ, ਫਿਰ ਧੂਪ ਦੀਪ ਘਿਓ ਅਤੇ ਪਿੱਪਲ, ਉਹਦੇ ਨਾਲ ਪਿੱਪਲ ਦੀ ਪੂਜਾ ਕਰੋ। ਵਿਸ਼ਨੂੰ ਜੀ ਦੇ ਮੰਤਰਾਂ ਦਾ 108 ਵਾਰੀ ਜਾਪ ਕਰਕੇ ਹਵਨ ਕਰ ਸਕਦੇ ਹਾਂ। ਪਿੱਪਲ ਨੂੰ ਲੰਬੀ ਉਮਰ ਦੇਣ ਵਾਲਾ ਮੰਨਿਆ ਗਿਆ ਤਾਂ ਇਸ ਤੋਂ ਪਸ਼ਚਾਤ ਹੀ ਬ੍ਰਾਹਮਣਾਂ ਨੂੰ ਭੋਜਨ ਕਰਾਓ ਤਾਂ ਵਿਅਕਤੀ ਦੋਸ਼ ਮੁਕਤ ਹੋ ਜਾਂਦਾ ਹੈ। ਮਾਤਾ ਪਿਤਾ ਦੇ ਨਕਸ਼ੱਤਰ ਦੇ ਵਿੱਚ ਜਨਮ ਦੀ ਗੱਲ ਕਰਦੇ ਹਾਂ ਕਿ ਜੇ ਮਾਤਾ ਪਿਤਾ ਜਾਂ ਸਕੇ ਭੈਣ ਭਰਾ ਦੇ ਨਕਸ਼ੱਤਰ ਦੇ ਵਿੱਚ ਕਿਸੇ ਦਾ ਵੀ ਜਨਮ ਹੁੰਦਾ ਹੈ ਤਾਂ ਉਹਦੇ ਵਿੱਚੋਂ ਕਿਸੇ ਨੂੰ ਵੀ ਮੌਤ ਸਮਾਨ ਕਸ਼ਟ ਵੀ ਹੋ ਸਕਦਾ ਹੈ। ਉਪਾਅ ਦੇ ਤੌਰ 'ਤੇ ਕੀ ਕਰ ਸਕਦੇ ਹਾਂ ਕਿ ਕਿਸੇ ਵੀ ਸ਼ੁਭ ਲਗਨ ਦੇ ਵਿੱਚ ਜਿਹੜਾ ਹੈ ਅਗਨੀ ਕੋਣ ਤੋਂ ਈਸ਼ਾਨ ਕੋਣ ਤੱਕ ਜਿਹੜਾ ਹੈ ਜਨਮ ਨਕਸ਼ੱਤਰ ਦੀ ਸੋਹਣੀ ਜਿਹੀ ਮੂਰਤੀ ਬਣਾ ਕੇ ਉਹਨੂੰ ਸਥਾਪਿਤ ਕਰੋ। ਫਿਰ ਲਾਲ ਵਸਤਰ ਦੇ ਨਾਲ ਢੱਕ ਕੇ ਉਹਨਾਂ ਨਕਸ਼ੱਤਰਾਂ ਦੇ ਮੰਤਰਾਂ ਦੇ ਨਾਲ ਪੂਜਾ ਅਰਚਨ ਕਰਕੇ ਫਿਰ ਉਸੇ ਮੰਤਰ ਦੇ ਨਾਲ 108 ਵਾਰੀ ਘਿਓ ਅਤੇ ਸਮੀਦਾਂ ਦੇ ਨਾਲ ਆਹੂਤੀ ਦਿਓ ਅਤੇ ਕਲਸ਼ ਅਤੇ ਜਲ ਦੇ ਨਾਲ ਪਿਤਾ ਪੁੱਤਰ ਅਤੇ ਭਰਾ ਜਿਹੜਾ ਹੈ ਉਹਦਾ ਅਭਿਸ਼ੇਕ ਕਰਾਓ, ਬ੍ਰਾਹਮਣ ਪੂਜ ਕਰਾਓ ਅਤੇ ਦਕਸ਼ਣਾ ਦਿਓਗੇ, ਇਹਦੇ ਨਾਲ ਇਸ ਨਕਸ਼ੱਤਰ ਦੀ ਸ਼ਾਂਤੀ ਹੁੰਦੀ ਹੈ। ਹੁਣ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਵਾਸਤੂ ਦੀ। ਵਾਸਤੂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਭੋਜਨ ਕਕਸ਼ ਦੀ। ਭੋਜਨ ਕਕਸ਼ ਯਾਨੀ ਕਿ ਰਸੋਈ ਘਰ, ਜੇ ਰਸੋਈ ਘਰ ਵੀ ਹੋ ਸਕਦਾ, ਕਈ ਵਾਰੀ ਰਸੋਈ 'ਚ ਆਪਾਂ ਭੋਜਨ ਕਰਦੇ ਹਾਂ ਜਾਂ ਰਸੋਈ ਤੋਂ ਅਲੱਗ ਵੀ ਹੋ ਸਕਦਾ। ਜੇ ਅਲੱਗ ਹੈਗਾ ਤਾਂ ਇਹਨੂੰ ਤੁਸੀਂ ਜਿਹੜਾ ਪੱਛਮ ਵਾਯੂ ਕੋਣ ਦੇ ਵਿੱਚ ਜਾਂ ਫਿਰ ਪੂਰਵ ਦਿਸ਼ਾ ਦੇ ਵਿੱਚ ਅਗਲ ਬਗਲ ਦੇ ਵਿੱਚ ਵੀ ਨਿਰਮਾਣ ਕਰ ਸਕਦੇ ਹੋ, ਲੇਕਿਨ ਇਸ ਦਿਸ਼ਾ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਈਸ਼ਾਨ ਕੋਣ ਅਤੇ ਅਗਨੀ ਕੋਣ ਦੇ ਵਿੱਚ ਹੀ ਭੋਜਨ ਕਕਸ਼ ਦਾ ਨਿਰਮਾਣ ਕਰਾਉਣਾ ਚਾਹੀਦਾ ਹੈ। ਫਿਰ ਇੱਦਾਂ ਹੀ ਘਰ ਦੇ ਵਿੱਚ ਆਪਾਂ ਇੱਕ ਸਟੋਰ ਰੂਮ ਕਿੱਥੇ ਰੱਖਦੇ ਹਾਂ, ਜੇ ਘਰ ਦਾ ਟੁਕੜਾ ਬਹੁਤ ਵੱਡਾ ਹੈਗਾ ਤਾਂ ਇਹਦਾ ਨਿਰਮਾਣ ਕਰਵਾ ਸਕਦੇ ਹਾਂ, ਕਿਉਂਕਿ ਘਰ ਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਪ੍ਰਯੋਗ ਨਹੀਂ ਕਰ ਪਾਉਂਦੇ। ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਸਾਂਭ ਲੈਂਦੇ ਹਾਂ, ਕਦੀ ਲੋੜ ਪਈ ਤਾਂ ਦੇਖਾਂਗੇ। ਦਕਸ਼ਿਨੀ ਨੇਤਰਿਆ ਕੌਣ ਹੁੰਦਾ, ਸੋ ਇੱਥੇ ਬਿਲਕੁਲ ਵੀ ਸਲਾਭ ਨਹੀਂ ਹੋਣੀ ਚਾਹੀਦੀ। ਇਹਦਾ ਰੰਗ ਵੀ ਜਿਹੜਾ ਕਾਲਾ ਹੀ ਕਰਵਾਉਣਾ ਚਾਹੀਦਾ ਅਤੇ ਇੱਥੇ ਇੱਕ ਹੀ ਪੱਲੇ ਦਾ ਕਿਵਾੜ ਹੋਣਾ ਚਾਹੀਦਾ, ਕੋਈ ਇੱਥੇ ਖਿੜਕੀ ਨਹੀਂ ਹੋਣੀ ਚਾਹੀਦੀ। ਲੋਹੇ ਦਾ ਦਰਵਾਜ਼ਾ ਹੋਵੇ ਤਾਂ ਜ਼ਿਆਦਾ ਵਧੀਆ ਹੋ ਸਕਦਾ। ਸੋ ਇਹ ਉਪਾਅ ਕਰਨ ਦੇ ਨਾਲ ਨਿਸ਼ਚਿਤ ਰੂਪ 'ਚ ਲਾਈਫ ਠੀਕ ਹੋ ਸਕਦੀ ਹੈ। ਸੋ ਦਰਸ਼ਕੋ, ਕਿੱਦਾਂ ਲੱਗਿਆ ਸਾਡਾ ਅੱਜ ਦਾ ਪ੍ਰੋਗਰਾਮ? ਜੇ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਅਤੇ ਨਿਊਜ਼ ਚੈਨਲ ਵਾਇਸ ਆਫ ਏਸ਼ੀਅਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹਨਾਂ ਨਾਮਾਂ ਤੋਂ ਹੀ ਸਾਡੇ ਫੇਸਬੁੱਕ ਪੇਜਿਸ ਵੀ ਹੈ, ਉਹਨਾਂ ਨੂੰ ਵੀ ਲਾਈਕ ਕਰਕੇ ਤੁਸੀਂ ਲੇਟੈਸਟ ਅਪਡੇਟਸ ਹਾਸਿਲ ਕਰ ਸਕਦੇ ਹੋ। ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਤੁਸੀਂ ਸਾਡੇ ਵਟਸਐਪ 'ਤੇ ਐਡ ਹੋਣ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ ਜੀ। ਪਿਆਰੇ ਦਰਸ਼ਕੋ, ਸਾਨੂੰ ਪੂਰੇ ਵਿਦੇਸ਼ ਤੋਂ ਮੈਸੇਜਿਸ ਆਉਂਦੇ ਆ ਜਿਹੜੇ ਕਹਿੰਦੇ ਕਿ ਇੰਟਰਨੈਟ 'ਤੇ ਅਸੀਂ ਸਿਰਫ ਦੇਖਿਆ, ਬੰਦੇ ਦਾ ਕੋਈ ਫੋਨ ਨਹੀਂ ਸੀਗਾ, ਕੋਈ ਐਡਰੈਸ ਨਹੀਂ ਸੀਗਾ, ਪਰ ਉਹਦੇ ਬੜੇ ਵੱਡੇ ਵੱਡੇ ਦਾਅਵੇ ਸੀਗੇ ਕਿ 5 ਮਿੰਟ 'ਚ ਘਰ ਬੈਠੇ ਬਿਠਾਏ ਹੱਲ ਕਰੋ, ਮਨਚਾਹਾ ਵਸ਼ੀਕਰਨ ਕਰਾਓ। ਅਸੀਂ ਉੱਥੇ 50,000 ਭੇਜਤੇ, 80,000 ਭੇਜਤੇ, 1,00,000 ਭੇਜਤਾ, ਉਦੋਂ ਬਾਅਦ ਬੰਦੇ ਨੇ ਮਹੀਨੇ ਬਾਅਦ ਫੋਨ ਨੰਬਰ ਹੀ ਚੇਂਜ ਕਰ ਲਿਆ। ਪਿਆਰੇ ਦਰਸ਼ਕੋ, ਇੱਦਾਂ ਦੇ ਜਿਹੜੇ ਲੋਕ ਨੇ ਉਹ ਸਿਰਫ ਜੋਤਿਸ਼ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ ਨੇ। ਇੱਦਾਂ ਦੇ ਲੋਕਾਂ ਦੇ ਚਾਂਸੇ ਦੇ ਵਿੱਚ ਨਾ ਆਓ। ਕਲੀਅਰ 'ਚ ਹੀ ਗੱਲ ਹੈ,
ਕੋਈ ਇੱਦਾਂ ਮਨਚਾਹਾ ਵਸ਼ੀਕਰਨ ਨਹੀਂ ਹੋ ਸਕਦਾ, ਕੋਈ ਵੀ ਇੱਦਾਂ ਮਨਚਾਹਾ ਤੰਤਰ ਨਹੀਂ ਹੋ ਸਕਦਾ, ਅਤੇ 5 ਮਿੰਟ ਦੇ ਵਿੱਚ ਜੋਤਿਸ਼ ਦਾ ਕੋਈ ਉਪਾਅ ਤੁਹਾਡਾ ਹੱਲ ਨਹੀਂ ਕਰ ਸਕਦਾ। ਇਸ ਚੀਜ਼ ਨੂੰ ਪਹਿਲੀ ਗੱਲ ਮੰਨ ਲਓ, ਜੋਤਿਸ਼ ਇੱਕ ਸਾਇੰਸ ਹੈਗੀ ਹੈ, ਇੱਕ ਵਿੱਦਿਆ ਹੈਗੀ ਹੈ, ਜਿਹਦੇ ਨਾਲ ਕੈਲਕੂਲੇਸ਼ਨ ਕਰਕੇ ਹੀ, ਕੁੰਡਲੀ ਦੇਖ ਕੇ ਹੀ ਉਪਾਅ ਕੀਤੇ ਜਾ ਸਕਦੇ ਆ, ਬਟ ਉਹ ਵੀ ਸਲੋਲੀ ਸਲੋਲੀ ਟਾਈਮ ਲੈਂਦੇ ਆ, ਟਾਈਮ ਲੈਣ ਤੋਂ ਬਾਅਦ ਹੀ ਠੀਕ ਹੋ ਪਾਉਂਦਾ। ਜੋ ਕਿਸਮਤ 'ਚ ਹੋਣਾ ਉਹ ਕੁੰਡਲੀ ਜ਼ਰੂਰ ਦੱਸਦੀ ਹੈ, ਲੇਕਿਨ ਉਹਨੂੰ ਤੁਸੀਂ 25% ਘਟਾ ਕੇ ਜਾਂ 25% ਵਧਾ ਕੇ ਹੀ ਆਪਣੀ ਲਾਈਫ ਨੂੰ ਠੀਕ ਕਰ ਸਕਦੇ ਹੋ। ਉਹਦੇ ਨਾਲ ਇੱਕ ਰਤਨ ਪਾ ਕੇ, ਕੁਛ ਦਾਨ ਕਰਕੇ, ਕੋਈ ਪਾਠ ਕਰਕੇ, ਇੱਕ ਰੁਦਰਾਕਸ਼ ਪਾ ਕੇ ਲਾਈਫ ਨੂੰ ਪ੍ਰੋਪਰ ਕਰ ਸਕਦੇ ਹੋ, ਬਟ ਬਹੁਤ ਜ਼ਿਆਦਾ ਚੇਂਜ ਨਹੀਂ ਹੋ ਸਕਦੀ। ਪਿਆਰੇ ਦਰਸ਼ਕੋ, ਅਸੀਂ 20 ਮਈ ਨੂੰ ਆਪਣੀ ਸੰਸਥਾ ਏਸ਼ੀਅਨ ਕਲੱਬ ਇੰਟਰਨੈਸ਼ਨਲ ਦੇ ਵੱਲੋਂ ਇੰਡੀਅਨ ਆਈਡਲ ਅਕੈਡਮੀ ਸਿਮਿਟਰੀ ਰੋਡ ਵਿਖੇ ਇੱਕ ਪ੍ਰੋਗਰਾਮ ਕਰਵਾ ਰਹੇ ਹਾਂ, ਮੰਨਾ ਡੇ ਦੀ ਅਤੇ ਤਲਤ ਮਹਿਮੂਦ ਦੀ ਸ਼ਾਮ, ਉਹਨਾਂ ਦੀ ਯਾਦ ਦੇ ਵਿੱਚ। ਸੋ ਇੱਥੇ ਗੀਤਾਂ ਦਾ ਮੁਕਾਬਲਾ ਹੋਏਗਾ। ਜਿਹੜੇ ਵੀ ਲੋਕ ਪਾਰਟੀਸਪੇਟ ਕਰਨਾ ਚਾਹੁੰਦੇ ਆ, ਕੋਈ ਵੀ ਐਂਟਰੀ ਫੀਸ ਉਹਨਾਂ ਦੀ ਨਹੀਂ ਹੈਗੀ। ਸਿੰਪਲੀ ਤੁਸੀਂ ਆਪਣਾ ਇੱਕ ਗੀਤ ਰਿਕਾਰਡ ਕਰਕੇ ਸਾਨੂੰ ਵਟਸਐਪ 'ਤੇ ਭੇਜਣਾ, ਆਪਣਾ ਜਿਹਦਾ ਸਥਾਈ ਅਤੇ ਇੱਕ ਅੰਤਰਾ ਹੋਵੇ ਸਿਲੈਕਸ਼ਨ ਦੇ ਲਈ। ਸਾਡੀ ਕਮੇਟੀ ਉਹਨੂੰ ਸਿਲੈਕਟ ਕਰੇਗੀ, ਅਤੇ ਫਸਟ, ਸੈਕਿੰਡ, ਥਰਡ ਪ੍ਰਾਈਜ਼ ਜਿਹੜੇ ਹੈਗੇ ਆ ਉੱਥੇ ਹੀ ਜੱਜਸ ਦੇਣਗੇ, ਅਤੇ ਬਾਅਦ ਦੇ ਵਿੱਚ ਯੂਟਿਊਬ 'ਤੇ ਉਹੀ ਵੀਡੀਓ ਆਏਗੀ ਸਾਡੇ ਚੈਨਲ ਵੌਇਸ ਆਫ ਏਸ਼ੀਅਨਸ ਦੇ ਉੱਤੇ। ਫਿਰ ਜਿਹੜਾ ਪਬਲਿਕ ਵਿਊ ਅਸੀਂ ਦੇਖਾਂਗੇ 10 ਦਿਨਾਂ ਦੇ ਵਿੱਚ ਕਿਸ ਬੰਦੇ ਦੇ ਲਈ ਸਭ ਤੋਂ ਜ਼ਿਆਦਾ ਕਮੈਂਟਸ ਨੇ, ਅਤੇ ਜਿਹਦੇ ਲਈ ਸਭ ਤੋਂ ਵੱਧ ਕਮੈਂਟ ਹੋਣਗੇ ਉਹਨੂੰ ਫਿਰ ਜਿਹੜਾ ਬੈਸਟ ਪ੍ਰਾਈਜ਼ ਵੌਇਸ ਆਫ ਏਸ਼ੀਅਨਸ ਦਾ ਦਿੱਤਾ ਜਾਏਗਾ ਇਸ ਪ੍ਰੋਗਰਾਮ ਦੇ ਲਈ। ਸੋ ਜਿਹੜੇ ਵੀ ਪਾਰਟੀਸਪੇਟ ਕਰਨਾ ਚਾਹੁੰਦੇ ਆ, ਫਟਾਫਟ ਸਾਡੇ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦੇ ਨੇ। ਹੁਣ ਅੱਜ ਦਾ ਰਾਸ਼ੀਫਲ। ਮੇਸ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਪਿਆਰ ਦੇ ਵਿੱਚ ਦਿਲ ਟੁੱਟਣ ਦੇ ਕਾਰਨ ਟੈਨਸ਼ਨ ਜ਼ਿਆਦਾ ਵੱਧ ਸਕਦੀ ਹੈ। ਵਰਿਸ਼ਠ ਰਾਸ਼ੀ ਵਾਲਿਆਂ ਨੂੰ ਮਾਨ ਸਨਮਾਨ ਅੱਜ ਪੂਰਾ ਮਿਲਦਾ ਰਹੇਗਾ, ਜਦਕਿ ਮਿਥੁਨ ਰਾਸ਼ੀ ਵਾਲੇ ਅਦਾਲਤੀ ਕੰਮਾਂ ਦੇ ਵਿੱਚ ਭੱਜ ਦੌੜ ਵੱਧ ਸਕਦੀ ਹੈ। ਕਰਕ ਰਾਸ਼ੀ ਵਾਲੇ ਅੱਜ ਕਲਾਕਾਰ ਬਹੁਤ ਅੱਛੇ ਮੌਕੇ ਉਹਨਾਂ ਨੂੰ ਮਿਲਣਗੇ। ਸਿੰਘ ਰਾਸ਼ੀ ਵਾਲੇ, ਜਿਸ ਤਰਫ ਵੀ ਜਾਓਗੇ ਅੱਜ ਤੁਹਾਡਾ ਨਾਮ ਬਹੁਤ ਉੱਚਾ ਹੋ ਸਕਦਾ। ਫਿਰ ਕੰਨਿਆ ਰਾਸ਼ੀ ਵਾਲਿਆਂ ਜਾਤਕਾਂ ਦੇ ਲਈ ਅੱਜ ਮੀਡੀਆ ਦੇ ਵਿੱਚ ਛਾਣ ਦਾ ਵਧੀਆ ਮੌਕਾ ਹੈਗਾ। ਤੁਲਾ ਰਾਸ਼ੀ ਵਾਲੇ, ਅੱਜ ਦਾ ਦਿਨ ਜਿਹੜਾ ਥੋੜ੍ਹੀ ਜਿਹੀ ਟੈਨਸ਼ਨਸ ਵੱਧ ਸਕਦੀ ਹੈ। ਫਿਰ ਵਰਿਸ਼ਚਿਕ ਰਾਸ਼ੀ ਵਾਲੇ, ਅੱਜ ਬਿਜਲੀ ਡਿਪਾਰਟਮੈਂਟ ਦੇ ਨਾਲ ਕੋਈ ਪੰਗਾ ਪੈ ਸਕਦਾ। ਧਨੂ ਰਾਸ਼ੀ ਵਾਲਿਆਂ ਦੀ ਖੱਬੇ ਪੈਰ ਦੀ ਅੱਡੀ 'ਚ ਜਿੱਥੇ ਦਰਦ ਚੱਲ ਰਿਹਾ ਸੀ, ਅੱਜ ਠੀਕ ਹੋਣਾ ਸ਼ੁਰੂ ਹੋ ਜਾਏਗਾ। ਮਕਰ ਰਾਸ਼ੀ ਵਾਲੇ ਜਾਤਕਾਂ ਨੂੰ ਅੱਜ ਵਿਦੇਸ਼ ਨਾਲ ਸੰਬੰਧਿਤ ਅੱਛੇ ਆਸਾਰ ਮਿਲ ਸਕਦੇ ਹੈ। ਕੁੰਭ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਦਾ ਦਿਨ ਜਿਹੜਾ ਕਿਸਮਤ ਦਾ ਸਤਾਰਾ ਬੁਲੰਦੀਆਂ 'ਤੇ ਹੈ। ਅਤੇ ਮੀਨ ਰਾਸ਼ੀ ਵਾਲੇ, ਮਾਂ ਪਿਓ ਦੇ ਆਸ਼ੀਰਵਾਦ ਦੇ ਨਾਲ ਅੱਜ ਜਿਹੜੇ ਲੋਕ ਵੀ ਨੌਕਰੀ ਨਵੀਂ ਲੈਣ ਲਈ ਜਾਣਗੇ ਉਹਨਾਂ ਨੂੰ ਮਿਲਣ ਦੇ ਚਾਂਸ ਬਣ ਸਕਦੇ ਨੇ। ਮੇਰੇ ਦੋਸਤੋ, ਸਾਡਾ ਵੌਇਸ ਆਫ ਏਸ਼ੀਅਨਸ ਨਾਮ ਤੋਂ ਅਖਬਾਰ ਵੀ ਨਿਕਲ ਰਿਹਾ, ਫੋਰਟਨਾਈਟਲੀ ਹੈ, ਅਤੇ ਸੇਮ ਨਾਮ ਤੋਂ ਹੀ ਸਾਡਾ ਯੂਟਿਊਬ ਚੈਨਲ ਵੀ ਹੈ। ਜਿਹੜੇ ਵੀ ਲੋਕ ਪੱਤਰਕਾਰ ਬਣਨਾ ਚਾਹੁੰਦੇ ਆ ਅਤੇ ਸਾਡੇ ਚੈਨਲ ਜਾਂ ਅਖਬਾਰ ਨਾਲ ਜੁੜਨਾ ਚਾਹੁੰਦੇ ਆ, ਵਰਲਡ ਦੇ ਵਿੱਚ ਕਿਤੋਂ ਵੀ ਹੋਵੇ, ਉਹ ਸਾਨੂੰ ਜੁਆਇਨ ਕਰ ਸਕਦੇ ਆ। ਲੇਕਿਨ ਉਹੀ ਲੋਕ ਕਰਨ ਜਿਹੜੇ ਇਮਾਨਦਾਰ ਨੇ, ਜਿਹੜੇ ਲੋਕ ਵਾਕਈ ਲੋਕਾਂ ਦੀ ਆਵਾਜ਼ ਨੂੰ ਜਿਹੜਾ ਹੈ ਉਠਾਉਣਾ ਚਾਹੁੰਦੇ ਆ, ਜਿਹੜੇ ਲੋਕ ਸਿਰਫ ਪੱਤਰਕਾਰੀ ਦੀ ਆਰਟ ਦੇ ਵਿੱਚ ਧਨ ਕਮਾਉਣਾ ਚਾਹੁੰਦੇ ਆ ਜਾਂ ਬੇਈਮਾਨੀ ਕਰਨਾ ਚਾਹੁੰਦੇ ਆ, ਉਹਨਾਂ ਦੀ ਪਲੀਜ਼ ਲੋੜ ਨਹੀਂ ਹੈਗੀ। ਅਤੇ ਨਵੇਂ ਲੋਕ ਜਿਹੜੇ ਫਰੈਸ਼ਰਸ ਨੇ, ਜਿਨ੍ਹਾਂ ਨੂੰ ਹਜੇ ਪੱਤਰਕਾਰੀ ਨਹੀਂ ਵੀ ਆਉਂਦੀ, ਉਹਨਾਂ ਨੂੰ ਵੀ ਅਸੀਂ ਸਿਖਾਵਾਂਗੇ, ਸਾਨੂੰ ਕੰਟੈਕਟ ਕਰ ਸਕਦੇ ਹਾਂ। ਬਹੁਤ ਸਾਰੇ ਦਰਸ਼ਕ ਪੁੱਛਦੇ ਕਿ ਸੁਖਵਿੰਦਰ ਜੀ, ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ, ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈਣੀ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਵਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ, ਮਾਂ ਦੇ ਚਰਨ ਛੁਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਤੀਆਂ ਨੂੰ ਕੁੱਖਾਂ 'ਚ ਤਾਂ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, ਅਤੇ 10 ਵੰਦ ਕੱਢ ਕੇ ਨੇਕਮਾਂ 'ਚ ਖਰਚ ਕਰਦੇ ਰਹੋ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਈ ਸਵੇਰ ਦੇ ਨਾਲ, ਕੱਲ੍ਹ ਤੱਕ ਲਈ ਨਮਸਕਾਰ।